ਕੀ ਹਾਲ ਨੇ ਸਾਥੀਓ ਸਾਥੀਓ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਸੀਰੀਜ਼ ਸਟਾਰਟ ਕੀਤੀ ਹੋਈ ਆ ਰਿਲੇਟਡ ਟੂ ਜੋਗ੍ਰਾਫੀ ਜਿਹਦੇ ਵਿੱਚ ਪਹਿਲਾਂ ਆਪਾਂ ਪੋਲੀਟੀਕਲ ਕਿ ਭਾਰਤ ਵਿੱਚ ਕੀ ਕੁਝ ਹੈਗਾ ਸਟੇਟਾਂ ਬਾਰੇ ਪੜ੍ਹਿਆ ਸੀ। ਇਹ ਤੋਂ ਬਾਅਦ ਆਪਾਂ ਚਰਚਾ ਕੀਤੀ ਸੀਗੀ ਫਿਜ਼ੀਕਲ ਜੋਗ੍ਰਾਫੀ ਆਫ ਇੰਡੀਆ, ਜਿਹ 'ਚ ਆਪਾਂ ਹਿਮਾਲਿਆ ਪਰਬਤਾਂ ਬਾਰੇ ਜਾਂ ਫਿਰ ਜਿਹੜੇ ਸਾਡੇ ਆਈਲੈਂਡਸ ਆ ਗਏ ਉਹਨਾਂ ਬਾਰੇ ਚਰਚਾ ਕੀਤੀ ਸੀ। ਅੱਜ ਆਪਾਂ ਤੀਜਾ ਚੈਪਟਰ ਆਪਣਾ ਸਟਾਰਟ ਕਰ ਰਹੇ ਹਾਂ ਜੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਹਰੇਕ ਪੇਪਰ ਦੇ ਵਿੱਚ ਇਹਨਾਂ 'ਤੇ ਕੁਸ਼ਚਨ ਆਉਣਾ ਹੀ ਆਉਣਾ। ਟੋਪਿਕ ਹੈਗਾ ਰਿਵਰ ਸਿਸਟਮ ਇਨ ਇੰਡੀਆ, ਭਾਰਤ ਵਿੱਚ ਨਦੀਆਂ ਦਾ ਕੀ ਸਿਸਟਮ ਆ ਸਾਥੀਓ, ਇਹਦੇ ਬਾਰੇ ਪੜ੍ਹਨਾ ਸਟਾਰਟ ਕਰਦੇ। ਸਾਥੀਓ ਅਸੀਂ ਦੇਖਦੇ ਹਾਂ ਕਿ ਭਾਰਤ ਨਦੀਆਂ ਦਾ ਦੇਸ਼ ਆ, ਬਹੁਤ ਸਾਰੀਆਂ ਨਦੀਆਂ ਭਾਰਤ ਦੇ ਵਿੱਚ ਵਹਿੰਦੀਆਂ ਨੇ। ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਉੱਤਰ ਦੇ ਵਿੱਚ ਜਿਵੇਂ ਕਿ ਆਪਣਾ ਪੰਜਾਬ, ਹਰਿਆਣਾ, ਯੂਪੀ ਆ ਗਿਆ, ਇਹਦੇ ਵਿੱਚ ਬਹੁਤ ਜ਼ਿਆਦਾ ਲੰਬੀਆਂ ਨਦੀਆਂ ਨੇ। ਇਹ ਤੋਂ ਇਲਾਵਾ ਦੱਖਣ ਭਾਰਤ ਵਿੱਚ ਵੀ ਬਹੁਤ ਨਦੀਆਂ ਵਹਿੰਦੀਆਂ ਨੇ। ਸਾਥੀ ਜੀ ਕੁਸ਼ਚਨ ਆਉਂਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ, ਵੱਡੀ ਭਾਵ ਜਿਹ 'ਚ ਪਾਣੀ ਬਹੁਤ ਜ਼ਿਆਦਾ ਹੋਵੇ, ਤਾਂ ਉੱਤਰ ਆਊਗਾ ਐਮੇਜ਼ੋਨ ਨਦੀ। ਐਮੇਜ਼ੋਨ ਨਦੀ ਦੁਨੀਆ ਦੀ ਸਭ ਤੋਂ ਵੱਡੀ ਨਦੀ ਹੈ। ਆਓ ਆਪਾਂ ਗੱਲ ਭਾਰਤ ਦੀ ਕਰਦੇ ਹਾਂ। ਸਭ ਤੋਂ ਪਹਿਲਾਂ ਸਾਥੀਓ ਭਾਰਤ ਦੀਆਂ ਨਦੀਆਂ ਨੂੰ ਕੁੱਲ ਦੋ ਭਾਗਾਂ ਵਿੱਚ ਵੰਡਿਆ ਜਾਂਦਾ। ਅਬ ਦੋ ਤਰ੍ਹਾਂ ਦੀਆਂ ਨਦੀਆਂ ਭਾਰਤ ਵਿੱਚ ਵਹਿੰਦੀਆਂ ਨੇ। ਪਹਿਲੀਆਂ ਨਦੀਆਂ ਕਿਹੜੀਆਂ ਨੇ, ਹਿਮਾਲੀਅਨ ਰਿਵਰਸ। ਅਬ ਉਹ ਨਦੀਆਂ ਜਿਹੜੀਆਂ ਹਿਮਾਲਿਆ ਪਰਬਤ ਤੋਂ ਨਿਕਲਦੀਆਂ ਨੇ ਉਹਨਾਂ ਨੂੰ ਹਿਮਾਲੀਅਨ ਰਿਵਰਸ। ਦੂਜੀਆਂ ਜਿਹੜੀਆਂ ਦੱਖਣ ਭਾਰਤ ਵਿੱਚੋਂ ਨਿਕਲਦੀਆਂ ਨੇ। ਅਸੀਂ ਪਹਿਲਾਂ ਵਾਲੇ ਟੋਪਿਕ 'ਚ ਪੜ੍ਹਿਆ ਸੀ ਕਿ ਦੱਖਣ ਭਾਰਤ ਵਿੱਚ ਵੀ ਪਹਾੜ ਨੇ, ਜਿਵੇਂ ਕਿ ਪੱਛਮੀ ਘਾਟ, ਪੂਰਬੀ ਘਾਟ, ਜਿੱਥੇ ਬਹੁਤ ਮੀਂਹ ਪੈਂਦਾ ਹੈਗਾ, ਤਾਂ ਜਿਹੜੀਆਂ ਨਦੀਆਂ ਉੱਥੋਂ ਨਿਕਲਣਗੀਆਂ ਉਹਨਾਂ ਨੂੰ ਪੈਨਿਨਸੂਲਰ ਨਦੀਆਂ ਸਾਥੀਓ ਕਿਹਾ ਜਾਊਗਾ। ਅਸੀਂ ਦੇਖਦੇ ਹਾਂ ਕਿਹੜੀਆਂ ਹਿਮਾਲਿਆ ਨਦੀਆਂ ਹੁੰਦੀਆਂ ਨੇ। ਇਹ ਗਲੇਸ਼ੀਅਰ, ਕਿਉਂਕਿ ਇਸ ਨੂੰ ਮੈਂ ਪੜ੍ਹਾਇਆ ਸੀ ਕਿ ਹਿਮਾਲਿਆ ਪਰਬਤ ਜਿੱਥੇ ਹੈਗੇ ਨੇ ਬਹੁਤ ਉੱਚਾਈ 'ਤੇ ਨੇ, ਤਾਂ ਉੱਥੇ ਗਲੇਸ਼ੀਅਰ ਨੇ, ਤਾਂ ਗਲੇਸ਼ੀਅਰ ਜਦੋਂ ਪਿਘਲਦਾ ਤਾਂ ਨਦੀ ਬਣਦੀ ਆ। ਕੋਈ ਮੀਂਹ ਕਰਕੇ ਦੈਟ ਇਜ਼ ਕੀ ਹੈ, ਨੀ ਨਦੀ ਬਣ ਰਹੀ, ਗਲੇਸ਼ੀਅਰ ਦੇ ਪਿਘਲਣ ਕਰਕੇ ਬਣਦੀ ਆ, ਅਤੇ ਗਲੇਸ਼ੀਅਰ ਸਾਰਾ ਸਾਲ ਹੀ ਪਿਘਲਦੇ ਨੇ, ਜਿਹਦੇ ਕਰਕੇ ਸਾਰਾ ਸਾਲ ਉੱਤਰ ਭਾਰਤ ਦੀਆਂ ਨਦੀਆਂ ਦੇ ਵਿੱਚ ਮੀਂਹ ਰਹਿੰਦਾ। ਅਤੇ ਜਿਹੜੀਆਂ ਦੱਖਣ ਭਾਰਤ ਦੀਆਂ ਨਦੀਆਂ ਨੇ ਉੱਥੇ ਜਦੋਂ ਪਹਾੜੀਆਂ 'ਤੇ ਮੀਂਹ ਪਊਗਾ ਤਾਂ ਉਹ ਮੀਂਹ ਨਦੀ ਵਗ ਕੇ ਕੀ ਹੈ ਦੈਟ ਇਜ਼ ਕੀ ਹੈ ਵਗਦਾ, ਤਾਂ ਜਦੋਂ ਹੀ ਮਾਨਸੂਨ ਰੁੱਤਾਂ ਆਉਂਦੀਆਂ ਨੇ ਉਦੋਂ ਇਹ ਨਦੀਆਂ 'ਚ ਪਾਣੀ ਜ਼ਿਆਦਾ ਹੁੰਦਾ। ਆਮ ਤੌਰ 'ਤੇ ਪਾਣੀ ਦੀ ਮਾਤਰਾ ਸਾਥੀਓ ਘੱਟ ਹੁੰਦੀ। ਫਿਰ ਵੱਡੀ ਗੱਲ ਹੋਈ, ਅਤੇ ਜਿਹੜੀਆਂ ਉੱਤਰ ਭਾਰਤ ਦੀਆਂ ਨਦੀਆਂ ਨੇ ਇਹ ਲੰਬੀਆਂ ਨਦੀਆਂ ਨੇ ਐਜ਼ ਕੰਪੇਅਰ ਟੂ ਦੱਖਣ ਭਾਰਤ ਦੀਆਂ ਨਦੀਆਂ ਦੇ ਨਾਲੋਂ। ਅਸੀਂ ਦੇਖਦੇ ਹਾਂ ਕਿ ਜੇ ਲੰਬੀਆਂ ਨਦੀਆਂ ਨੇ ਪਾਣੀ ਜ਼ਿਆਦਾ, ਤਾਂ ਇਹ ਮਿੱਟੀ ਵੀ ਜ਼ਿਆਦਾ ਵਿਛਾਉਂਦੀਆਂ ਨੇ, ਤਾਂ ਜਿਹੜੀ ਮਿੱਟੀ ਹੁੰਦੀ ਆ ਉਹ ਜ਼ਿਆਦਾ ਆਉਂਦੀ ਆ। ਜੇ ਮਿੱਟੀ ਜ਼ਿਆਦਾ ਆਉਂਦੀ ਆ ਤਾਂ ਉਪਜਾਊਪਣਾ ਜਿਹੜਾ ਹੈਗਾ ਉੱਤਰ ਭਾਰਤ ਦੀਆਂ ਨਦੀਆਂ ਜ਼ਿਆਦਾ ਲੈ ਕੇ ਆਉਂਦੀਆਂ ਨੇ। ਅਤੇ ਅਸੀਂ ਦੇਖਦੇ ਹਾਂ ਕਿ ਵੱਡੇ ਡੈਲਟੇ ਵੀ ਉੱਤਰ ਭਾਰਤ ਦੀਆਂ ਨਦੀਆਂ ਦੁਆਰਾ ਬਣਾਏ ਜਾਂਦੇ ਨੇ। ਡੈਲਟੇ ਕੀ ਹੁੰਦੇ ਨੇ, ਆਪਾਂ ਉੱਧਰ ਵੱਲ ਚੱਲਦੇ ਹਾਂ, ਪਰ ਜਿਹੜੀਆਂ ਦੱਖਣ ਭਾਰਤ ਦੀਆਂ ਨਦੀਆਂ ਨੇ ਇਹ ਐਸਟੂਰੀ ਬਣਾਉਂਦੀਆਂ ਨੇ, ਧਿਆਨ ਰੱਖਣਾ ਇਹ ਗੱਲ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਨਦੀਆਂ ਵਗਦੀਆਂ ਨੇ ਉਹਦੇ ਲਈ ਉਹਦੇ ਅਲੱਗ ਅਲੱਗ ਪੈਟਰਨਸ ਹੁੰਦੇ ਨੇ। ਅਸੀਂ ਦੇਖਦੇ ਹਾਂ ਜਿਵੇਂ ਕਿ ਪਹਿਲਾਂ ਹੈਗਾ ਡੈਂਡਰਿਕ ਪੈਟਰਨ, ਦੇਖਿਆ ਹੋਣਾ ਡੈਂਡਰਿਕ ਕੀ, ਇੱਕ ਤਰੀਕੇ ਨਾਲ ਦਰਖਤ ਵਰਗਾ ਲੱਗਦਾ, ਦਰਖਤ ਦੇ ਨਾਲ ਜਿਵੇਂ ਬੂਟੀਆਂ ਲਾਈ, ਜਿਵੇਂ ਨਾਲ ਬ੍ਰਾਂਚਸ ਹੋਣ, ਅਤੇ ਇੱਕ ਵੱਡੀ ਨਦੀ ਜਾਂਦੀ ਆ। ਹੁਣ ਜਿਵੇਂ ਇੱਕ ਵੱਡੀ ਨਦੀ ਜਾ ਰਹੀ ਆ ਤਾਂ ਛੋਟੀਆਂ ਨਦੀਆਂ ਉਹਦੇ ਵਿੱਚ ਦੈਟ ਇਜ਼ ਕੀ ਡਿੱਗੀ ਜਾਂਦੀਆਂ ਨੇ, ਤਾਂ ਜਿਹੜਾ ਇਹ ਪੈਟਰਨ ਬਣਦਾ ਇਹਨੂੰ ਡੈਂਡਰਿਕ ਪੈਟਰਨ ਕਿਹਾ ਜਾਂਦਾ, ਭਾਵ ਨਦੀ ਡੈਂਡਰਿਕ ਪੈਟਰਨ ਬਣਾਉਂਦੀ ਆ। ਇਹ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਟ੍ਰੈਲਸ, ਆਹ ਕੋਈ ਨਦੀ ਕੋਈ ਪਹਾੜਾਂ ਵਿੱਚ ਦੀ ਜਾ ਰਹੀ ਆ ਤਾਂ ਨਦੀ ਸਾਈਡ 'ਤੇ ਵੱਡੇ ਵੱਡੇ ਹਾਰਡ ਰੌਕਸ ਨੇ ਉਹਨਾਂ ਦੇ ਰਾਹੀਂ ਦੈਟ ਇਜ਼ ਕੀ ਆ ਵਗ ਰਹੀ ਹੈ, ਇਹਨੂੰ ਟ੍ਰੈਲੀਜ ਪੈਟਰਨ ਕਿਹਾ ਜਾਂਦਾ। ਫਿਰ ਹੈਗਾ ਰੈਕਟੈਂਗੂਲਰ ਪੈਟਰਨ, ਰੈਕਟੈਂਗੂਲਰ ਭਾਵ ਜਿੱਥੇ ਸਾਈਡਾਂ ਤੋਂ ਮਿੱਟੀ ਬਹੁਤ ਜ਼ਿਆਦਾ ਸਖਤ ਹੋਵੇ ਤਾਂ ਨਦੀ ਵਗਦੀ ਹੋਈ ਇੱਦਾਂ ਟੇਢਾ ਪਨ ਬਣਾਉਂਦੀ ਆ, ਇਹਨੂੰ ਰੈਕਟੈਂਗੂਲਰ, ਐਂਗੂਲਰ, ਪੈਰਲਲ, ਰੇਡੀਅਲ, ਐਨੂਲਰ ਅਤੇ ਸੈਂਟਰੀਪੈਟਲ, ਅਲੱਗ ਅਲੱਗ ਤਰ੍ਹਾਂ ਦੇ ਨਦੀਆਂ ਪੈਟਰਨ ਬਣਾਉਂਦੀਆਂ ਨੇ। ਵੱਡੇ ਪੇਪਰਾਂ ਵਾਸਤੇ, ਹਾਈ ਪੇਪਰਾਂ ਵਾਸਤੇ ਯਾਦ ਰੱਖਣ ਦੀ ਕੋਈ ਲੋੜ ਆ, ਛੋਟੇ ਪੇਪਰਾਂ ਵਾਸਤੇ ਇਹੋ ਜਿਹੇ ਕੁਸ਼ਚਨ ਘੱਟ ਪੁੱਛੇ ਜਾਂਦੇ। ਅੱਗੇ ਚੱਲਦੇ ਸਾਥੀਓ, ਫਿਰ ਸਮਝਾਇਆ ਹੋਇਆ ਡੈਂਡਰਿਕ ਪੈਟਰਨ, ਆਹ ਇੱਕ ਨਦੀ ਮੇਨ ਜਾ ਰਹੀ ਆ, ਸਾਈਡਾਂ ਤੋਂ ਨਦੀਆਂ ਆਪਣਾ ਪਾਣੀ ਜਿਹੜਾ ਹੈਗਾ ਉਹ ਦੈਟ ਇਜ਼ ਕੀ ਆ ਉਹਦੇ ਵਿੱਚ ਪਾ ਰਹੀਆਂ ਨੇ, ਆਹ ਡੈਂਡਰਿਕ ਪੈਟਰਨ ਬਣ ਗਿਆ। ਜਾਂ ਨਦੀ ਸਿੱਧੀ ਜਾਂਦੀ ਆ ਕਿਉਂਕਿ ਸਾਈਡ ਤੋਂ ਮਿੱਟੀ ਸਖਤ ਆ, ਸਿੱਧੀ ਜਾਂਦੀ ਆ, ਸਾਈਡਾਂ ਤੋਂ ਨਦੀਆਂ ਪਾਣੀ ਪਾ ਰਹੀਆਂ ਨੇ, ਤਾਂ ਇਹੋ ਜਿਹੇ ਪੈਰਲਲ ਨੂੰ ਰੈਕਟੈਂਗੂਲਰ ਪੈਟਰਨ। ਆਹ ਕੋਈ ਜਵਾਲਾਮੁਖੀ ਫਟਿਆ, ਜਵਾਲਾਮੁਖੀ ਉੱਤੇ ਮੀਂਹ ਪਿਆ ਤਾਂ ਜਵਾਲਾਮੁਖੀ ਤੋਂ ਨਦੀਆਂ ਅਲੱਗ ਅਲੱਗ ਦਿਸ਼ਾਵਾਂ ਵੱਲ ਮੂਵ ਕਰਦੀਆਂ ਨੇ, ਇਹਨੂੰ ਰੇਡੀਅਲ ਪੈਟਰਨ। ਅਤੇ ਲਾਸਟ ਦੇ ਵਿੱਚ ਆਹ ਨਦੀ ਦੈਟ ਇਜ਼ ਕੀ ਆ ਵਗ ਰਹੀ ਆ ਅਲੱਗ ਅਲੱਗ ਫੋਰਮ ਦੇ ਵਿੱਚ, ਅਤੇ ਸਾਈਡਾਂ ਤੋਂ ਉਹਦੇ 'ਚ ਕਰਕੇ ਐਂਟਰੀ ਹੋ ਰਹੀ ਆ, ਇਹਨੂੰ ਅਸੀਂ ਟ੍ਰੈਲੀਜ਼ ਪੈਟਰਨ ਕਹਿੰਦੇ ਹਾਂ।
ਅਸੀਂ ਦੇਖਦੇ ਹਾਂ ਜਿਵੇਂ ਸਮਝਾਇਆ ਕਿ ਦੱਖਣ ਭਾਰਤ ਦੀਆਂ ਬਹੁਤ ਸਾਰੀਆਂ ਨਦੀਆਂ ਐਸਚੂਰੀ ਬਣਾਉਂਦੀਆਂ ਨੇ ਅਤੇ ਉੱਤਰ ਭਾਰਤ ਦੀਆਂ ਨਦੀਆਂ ਜ਼ਿਆਦਾਤਰ ਡੈਲਟੇ ਬਣਾਉਂਦੀਆਂ ਨੇ। ਕੀ ਫਰਕ ਹੁੰਦਾ, ਡੈਲਟਾ ਕੀ ਹੁੰਦਾ ਸਾਥੀਓ, ਜਦੋਂ ਕੋਈ ਨਦੀ ਕਿਸੇ ਸਮੁੰਦਰ 'ਚ ਡਿੱਗਦੀ ਆ ਤਾਂ ਉਸ ਟਾਈਮ 'ਤੇ ਆਪਣੇ ਦੁਆਲੇ ਲਿਆਉਂਦੀ ਮਿੱਟੀ ਨੂੰ ਬਾਹਰ ਵਿਛਾਉਂਦੀ ਆ, ਬਾਹਰ ਇਹਦੇ ਫੋਕਸ ਕਰਨਾ। ਜੇ ਮਿੱਟੀ ਬਾਹਰ ਵਿਛ ਰਹੀ ਆ ਆਪਾਂ ਕਹਾਂਗੇ ਉਹ ਕੀ ਆ, ਡੈਲਟਾ। ਪਵ ਜਿਵੇਂ ਬਹੁਤ ਵੱਡੇ ਮੈਦਾਨ ਬਣ ਜਾਂਦੇ ਨੇ, ਮਿੱਟੀ ਜਿਹੜੀ ਨਦੀ ਲੈ ਕੇ ਆਉਂਦੀ ਹੈ ਬਾਹਰ ਵਿਛਾ ਦਿੰਦੀ ਹੈ ਅਤੇ ਬਾਅਦ 'ਚੋਂ ਪਿਓਰ ਹੋ ਕੇ ਕੀ 'ਚ ਡਿੱਗਦੀ ਆ, ਸਮੁੰਦਰ ਡਿੱਗਦੀ ਆ, ਤਾਂ ਇਟ ਇਜ਼ ਕਾਲਡ ਡੈਲਟਾ। ਐਸਚੂਰੀ ਦੇ ਵਿੱਚ ਜਿਹੜੀਆਂ ਨਦੀਆਂ ਦੀ ਸਪੀਡ ਬਹੁਤ ਜ਼ਿਆਦਾ ਹੋ ਪਰ ਬਹੁਤ ਤੇਜ਼ੀ ਨਾਲ ਵਗਦੀਆਂ ਨੇ, ਉਹ ਆਪਣੀ ਮਿੱਟੀ ਬਾਹਰ ਨਹੀਂ ਵਿਛਾ ਪਾਉਂਦੀਆਂ, ਉਹ ਸਾਰੀ ਮਿੱਟੀ ਅੰਦਰ ਲੈ ਜਾਂਦੀਆਂ ਨੇ। ਕੀ 'ਚ ਲੈ ਜਾਣਗੀਆਂ, ਸਮੁੰਦਰ ਦੇ ਵਿੱਚ। ਤਾਂ ਸਮੁੰਦਰ 'ਚੋਂ ਮਿੱਟੀ ਦੈਟ ਇਜ਼ ਕੀ ਇਕੱਠੀ ਹੁੰਦੀ ਰਹਿੰਦੀ ਆ, ਜਿਹੜੀ ਮਿੱਟੀ ਸਮੁੰਦਰ 'ਚ ਇਕੱਠੀ ਹੋਊਗੀ ਗੱਲ ਉਹੀ ਆ, ਪਰ ਉਹਨੂੰ ਐਸਚੂਰੀ ਕਹਾਂਗੇ ਸਾਥੀਓ। ਫਿਰ ਉਹੀ ਗੱਲ ਆ, ਡੈਲਟੇ ਜਿਹੜੇ ਹੁੰਦੇ ਨੇ ਇਹ ਮੈਦਾਨ ਹੁੰਦੇ ਨੇ ਫਰਟਾਈਲ ਲੈਂਡ, ਪਰ ਐਸਚੂਰੀ ਕੋਈ ਫਰਟਾਈਲ ਲੈਂਡ ਨਹੀਂ ਹੁੰਦੇ, ਕਿਉਂਕਿ ਮਿੱਟੀ ਤਾਂ ਕੀ ਚਲੀ ਗਈ, ਸਮੁੰਦਰ ਦੇ ਵਿੱਚ ਚਲੀ ਗਈ। ਅਸੀਂ ਦੇਖਦੇ ਹਾਂ ਕਿ ਡੈਲਟੇ ਜਿਹੜੇ ਬਣਦੇ ਨੇ ਉਹ ਜਿਹੜੀਆਂ ਨਦੀਆਂ ਸਲੋ ਵਗਦੀਆਂ ਨੇ, ਹੌਲੀ ਵਗਦੀਆਂ ਨੇ। ਜਿੰਨੀ ਨਦੀ ਲੰਬੀ ਹੋਊ ਇਟ ਮੀਨਜ਼ ਓਨੀ ਸਲੋ ਵਗੂਗੀ, ਪਰ ਜਿਹੜੀਆਂ ਨਦੀਆਂ ਐਸਚੂਰੀ ਬਣਾਉਂਦੀਆਂ ਨੇ ਉਹ ਨਦੀਆਂ ਤੇਜ਼ ਵਗਦੀਆਂ ਨੇ ਸਾਥੀਓ। ਅਸੀਂ ਦੇਖਦੇ ਹਾਂ ਗੰਗਾ, ਬ੍ਰਹਮਪੁੱਤਰਾ, ਕ੍ਰਿਸ਼ਨਾ, ਕਾਵੇਰੀ, ਮਹਾਨਦੀ, ਇਹ ਸਾਰੀਆਂ ਨਦੀਆਂ ਡੈਲਟੇ ਬਣਾਉਂਦੀਆਂ ਨੇ ਆਪਣੇ ਭਾਰਤ ਦੀਆਂ, ਜਦਕਿ ਨਰਮਦਾ ਅਤੇ ਤਾਪੀ ਇਹ ਦੋਵੇਂ ਨਦੀਆਂ ਸਾਥੀਓ ਕੀ ਬਣਾਉਂਦੀਆਂ ਨੇ, ਐਸਚੂਰੀ ਬਣਾਉਂਦੀਆਂ ਨੇ। ਐਗਜ਼ਾਮਪਲ ਯਾਦ ਰੱਖੋ, ਆਹ ਐਗਜ਼ਾਮਪਲ ਆ। ਤਾਂ ਇੱਦਾਂ ਕੋਈ ਨਦੀ ਵਗ ਰਹੀ ਹੈ ਤਾਂ ਨਦੀ ਵਗਦੀ ਉਹਨੇ ਸਾਰੀ ਮਿੱਟੀ ਸਾਈਡ 'ਤੇ ਵਿਛਾ ਦਿੱਤੀ ਤਾਂ ਵਧੀਆ ਵੱਡਾ ਮੈਦਾਨ ਬਣਿਆ, ਤਾਂ ਅਸੀਂ ਕਹਾਂਗੇ ਦੈਟ ਇਜ਼ ਕਾਲਡ ਡੈਲਟਾ। ਪਰ ਇਹਦੇ ਵਿੱਚ ਆਹ ਨਦੀ ਕੋਈ ਆ ਰਹੀ ਸੀ ਤਾਂ ਨਦੀ ਨੇ ਮਿੱਟੀ ਸਾਰੀ ਕੀ ਕਰਤੀ, ਵਿੱਚ ਸਿੱਟੀ ਜਾਂਦੀ ਆ, ਤਾਂ ਹੁਣ ਆਹ ਸਮੁੰਦਰ ਵਾਲੇ ਇਲਾਕੇ 'ਚ ਕਿ ਮਿੱਟੀ ਇਕੱਠੀ ਹੋਈ ਜਾਂਦੀ ਆ, ਇਲਾਕਾ ਇਹ ਸਮੁੰਦਰੀ ਇਲਾਕਾ, ਇਹਦੇ ਵਿੱਚ ਮਿੱਟੀ ਇਕੱਠੀ ਹੋ ਰਹੀ ਆ। ਜੇ ਮਿੱਟੀ ਇਕੱਠੀ ਹੋ ਰਹੀ ਆ ਅਸੀਂ ਕਹਾਂਗੇ ਦੈਟ ਇਜ਼ ਕਾਲਡ ਐਸਚੂਰੀ। ਤਾਂ ਇੱਥੇ ਖੇਤੀਬਾੜੀ ਨਹੀਂ ਕੀਤੀ ਜਾ ਸਕਦੀ, ਇਹ ਮਿੱਟੀ ਦੇ ਵਿੱਚ ਆ, ਪਾਣੀ ਦੇ ਵਿੱਚ ਆ। ਅੱਗੇ ਚੱਲਦੇ ਸਾਥੀਓ, ਅਸੀਂ ਦੇਖਦੇ ਹਾਂ ਕਿ ਮੁੱਖ ਤੌਰ 'ਤੇ ਜਿਹੜੀਆਂ ਭਾਰਤ ਦੀਆਂ ਨਦੀਆਂ ਨੇ ਉਹਦਾ ਪਾਣੀ ਜਾਂ ਤਾਂ ਕੀ 'ਚ ਜਾਊਗਾ, ਅਰਬ ਸਾਗਰ 'ਚ ਜਾਊਗਾ ਜਾਂ ਫਿਰ ਬੰਗਾਲ ਦੀ ਖਾੜੀ 'ਚ ਜਾਊਗਾ। ਜੇਕਰ ਪਾਣੀ ਅਰਬ ਸਾਗਰ 'ਚ ਆ ਰਿਹਾ ਤਾਂ ਅਸੀਂ ਦੇਖਦੇ ਹਾਂ ਕਿ 23% ਜਿਹੜਾ ਪਾਣੀ ਆ, ਜਿਹੜੀ ਨਦੀਆਂ ਆਪਣੀਆਂ ਵਗਦੀਆਂ ਨੇ ਉਹ ਆਪਣਾ ਪਾਣੀ ਕੀ 'ਚ ਪਾਉਂਦੀਆਂ ਨੇ, ਅਰਬ ਸਾਗਰ 'ਚ ਪਾਉਂਦੀਆਂ ਨੇ। ਜਿਵੇਂ ਅਸੀਂ ਦੇਖਦੇ ਹਾਂ, ਯਾਦ ਰੱਖਣਾ ਸਿੰਧ ਨਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਜਿਹਦਾ ਪਾਣੀ ਅਰਬ ਸਾਗਰ 'ਚ ਆਉਂਦਾ, ਅਤੇ ਰੱਖਣਾ ਇੰਡਸ ਸਿੰਧ ਨਦੀ ਆ। ਸਿੰਧ, ਨਰਮਦਾ, ਤਾਪੀ, ਮਾਹੀ, ਪੈਰੀਆਰ। ਸਾਥੀਓ, ਸਿੰਧ ਨਦੀ ਆਪਾਂ ਨੂੰ ਪਤਾ ਜੰਮੂ ਕਸ਼ਮੀਰ ਹੁੰਦੀ ਹੋਈ ਪਾਕਿਸਤਾਨ 'ਚ ਵਹਿੰਦੀ ਆ, ਨਰਮਦਾ ਨਦੀ ਮੱਧ ਪ੍ਰਦੇਸ਼ ਅਤੇ ਗੁਜਰਾਤ ਰਾਹੀਂ ਹੁੰਦੀ ਹੋਈ ਅਰਬ ਸਾਗਰ, ਤਾਪੀ ਅਤੇ ਮਾਹੀ ਵੀ MP ਗੁਜਰਾਤ ਰਾਹੀਂ ਹੁੰਦੀ ਹੋਈ ਅਰਬ ਸਾਗਰ, ਪੈਰੀਆਰ ਨਦੀ ਇਹ ਆ ਰੱਖਣਾ। ਪੈਰੀਆਰ ਨਦੀ ਬਹੁਤ ਫੇਮਸ ਨਦੀ ਆ ਕੇਰਲਾ ਦੀ, ਇਹ ਵੀ ਆਪਣਾ ਪਾਣੀ ਅਰਬ ਸਾਗਰ ਦੇ ਵਿੱਚ ਸਾਥੀਓ ਪਾਉਂਦੀ ਆ। ਅਤੇ ਬਾਕੀ ਸਾਰੀਆਂ ਨਦੀਆਂ ਆਪਣਾ ਪਾਣੀ ਕੀ 'ਚ ਪਾਉਂਦੀਆਂ ਨੇ, ਬੰਗਾਲ ਦੀ ਖਾੜੀ 'ਚ ਪਾਉਂਦੀਆਂ ਨੇ। ਤੁਸੀਂ ਦੇਖਿਆ ਹੋਣਾ ਜੀ ਅੱਜ ਭਾਰਤ ਦਾ ਮੈਪ, ਤਾਂ ਇੱਧਰਲਾ ਪਾਸਾ ਸਾਥੀਓ ਅਰਬ ਸਾਗਰ ਆ ਗਿਆ, ਇੱਧਰਲਾ ਪਾਸਾ ਸਾਥੀਓ ਕੀ ਆ ਗਿਆ, ਬੰਗਾਲ ਦੀ ਖਾੜੀ ਆ ਗਿਆ। ਤਾਂ ਜ਼ਿਆਦਾਤਰ ਪਾਣੀ ਨਦੀਆਂ ਕੀ 'ਚ ਪਾਉਂਦੀਆਂ ਨੇ, ਬੰਗਾਲ ਦੀ ਖਾੜੀ 'ਚ ਪਾਉਂਦੀਆਂ ਨੇ। 70% ਪਾਣੀ ਬੰਗਾਲ ਦੀ ਖਾੜੀ 'ਚ ਪੈਂਦਾ। ਅਸੀਂ ਦੇਖਦੇ ਹਾਂ ਭਾਰਤ ਦੀਆਂ ਗੰਗਾ, ਬ੍ਰਹਮਪੁੱਤਰਾ, ਮਹਾਨਦੀ, ਕ੍ਰਿਸ਼ਨਾ, ਕਾਵੇਰੀ, ਇਹਨਾਂ ਨਦੀਆਂ ਦਾ ਪਾਣੀ ਸਾਥੀਓ ਕੀ 'ਚ ਪੈਂਦਾ ਹੈਗਾ, ਬੰਗਾਲ ਦੀ ਖਾੜੀ ਵਿੱਚ ਪੈਂਦਾ ਸਾਥੀਓ। ਆਹ ਦੈਟ ਇਜ਼ ਕਿ ਬਣਾਇਆ ਹੋਇਆ ਸਮਝਾ ਕੇ ਹਟੇ ਹਾਂ, ਹਿਮਾਲਿਅਨ ਰਿਵਰਸ ਅਤੇ ਪੈਨਸੂਲਰ ਰਿਵਰਸ। ਹਿਮਾਲਿਅਨ ਰਿਵਰਸ ਉਹਨੇ ਦੱਸਿਆ ਵੀ ਹਿਮਾਲਿਆ ਤੋਂ ਨਿਕਲਦੀਆਂ ਨੇ, ਇਹ ਦੈਟ ਇਜ਼ ਕਿ ਘਾਟਾਂ ਤੋਂ ਨਿਕਲਦੀਆਂ ਨੇ, ਇਹ ਪੈਰੀਨੀਅਲ ਪਵ ਸਾਰਾ ਸਾਲ ਵਹਿੰਦੀਆਂ, ਸਾਰਾ ਸਾਲ ਨਹੀਂ ਵਹਿੰਦੀਆਂ। ਡੈਲਟੇ ਬਣਾਉਂਦੀਆਂ ਨੇ, ਐਸਚੂਰੀ ਬਣਾਉਂਦੀਆਂ ਨੇ। ਇਹਨਾਂ ਦੀ ਸ਼ੇਪ ਜਿਹੜੀ ਇਹ ਹੁੰਦੀ ਹੈ, ਲੰਬੀਆਂ ਨਦੀਆਂ ਨੇ ਤਾਂ ਇਹ ਬਲ ਪਾ ਕੇ ਆਉਂਦੀਆਂ ਨੇ, ਹਿਮਾਲਿਅਨ ਨਦੀਆਂ ਇਹ ਬਲ ਪਾ ਕੇ ਆਉਂਦੀਆਂ ਨੇ, ਲੰਬੀਆਂ ਨਦੀਆਂ ਹੋਣ ਕਰਕੇ ਇਹਨੂੰ ਮੈਂਡਰਿੰਗ ਕਹਿੰਦੇ ਨੇ। ਤਾਂ ਸਾਡੀਆਂ ਉੱਤਰ ਭਾਰਤ ਨਦੀਆਂ ਮੈਂਡਰ ਬਣਾਉਂਦੀਆਂ ਨੇ, ਜਦਕਿ ਦੂਜੀਆਂ ਨਦੀਆਂ ਸਿੱਧੀਆਂ ਵਗਦੀਆਂ ਨੇ, ਕੋਈ ਮੈਂਡਰ ਇਹਨਾਂ ਦੁਆਰਾ ਨਹੀਂ ਬਣਾਇਆ ਜਾਂਦਾ, ਕਿਉਂਕਿ ਨਦੀਆਂ ਛੋਟੀਆਂ ਨੇ, ਸਿੱਧੀਆਂ ਵਗਦੀਆਂ ਨੇ ਸਾਥੀਓ। ਅੱਗੇ ਚੱਲਦੇ ਹਾਂ, ਅਸੀਂ ਦੇਖਦੇ ਹਾਂ ਕਿ ਇਹ ਵੱਡੀਆਂ ਨਦੀਆਂ ਨੇ, ਛੋਟੀਆਂ ਨਦੀਆਂ ਨੇ। ਉੱਤਰ ਭਾਰਤ 'ਚ ਇਰੀਗੇਸ਼ਨ ਲਈ ਇਹ ਵਰਤੀਆਂ ਜਾਂਦੀਆਂ ਨੇ, ਅਤੇ ਡੈਕਨ ਪਲੇਟੂ 'ਚ ਇਹ 26 ਵੈਲੀ। ਨਦੀਆਂ 'ਚ ਪਾਣੀ ਵਾਲਾ ਹੁੰਦਾ ਤਾਂ ਘਾਟੀਆਂ ਨੂੰ ਵੱਡੇ ਪੱਧਰ 'ਤੇ ਕੱਟਦੀਆਂ ਨੇ, ਤਾਂ ਇਹ 26 ਵੈਲੀ ਬਣਾਉਂਦੀਆਂ ਨੇ, ਜਦਕਿ ਇਹ U-shaped valley ਸਾਡੇ ਸਾਹਮਣੇ ਸਾਥੀਓ ਬਣਾਈ ਜਾਂਦੀ ਹੈ। ਆਓ ਸਾਥੀਓ, ਅਸੀਂ ਜਦੋਂ ਗੱਲ ਕਰਦੇ ਹਾਂ ਹਿਮਾਲਿਅਨ ਨਦੀਆਂ ਦੀ, ਆਓ ਆਪਾਂ ਗੱਲ ਕਰਦੇ ਹਾਂ ਹਿਮਾਲਿਅਨ ਨਦੀਆਂ ਦੀ। ਅਸੀਂ ਦੇਖਦੇ ਹਾਂ ਜਿਹੜੀਆਂ ਹਿਮਾਲਿਆ ਪਰਬਤ ਦੀਆਂ ਨਦੀਆਂ ਨੇ ਉਹ ਮੁੱਖ ਤੌਰ 'ਤੇ 3 ਮੁੱਖ ਨਦੀਆਂ ਨੇ ਜਿਹੜੀਆਂ ਹਿਮਾਲਿਆ 'ਚ ਨਿਕਲਦੀਆਂ ਨੇ। ਜਾਂ ਤਾਂ ਹਿਮਾਲਿਆ ਪਰਬਤ 'ਚ ਨਿਕਲਦੀ ਹੈ ਗੰਗਾ ਨਦੀ, ਜੋ ਸਾਡੀ ਮੇਨ ਨਦੀ ਆ, ਜਾਂ ਨਦੀ ਨਿਕਲਦੀ ਹੈ ਸਿੰਧ ਨਦੀ, ਜਾਂ ਫਿਰ ਨਿਕਲਦੀ ਹੈ ਬ੍ਰਹਮਪੁੱਤਰਾ ਨਦੀ। ਤਾਂ ਸਾਥੀਓ, ਇੱਥੋਂ ਹੀ ਇਹ ਹਿਮਾਲਿਆ ਪਰਬਤ ਨੇ, ਇੱਥੋਂ ਹੀ ਗੰਗਾ ਨਿਕਲਦੀ ਆ, ਇੱਥੋਂ ਹੀ ਬ੍ਰਹਮਪੁੱਤਰਾ ਨਿਕਲਦੀ ਆ, ਅਤੇ ਇੱਥੋਂ ਹੀ ਸਾਥੀਓ ਸਿੰਧ ਨਦੀ ਨਿਕਲਦੀ ਆ। ਬਾਕੀ ਸਾਰੀਆਂ ਨਦੀਆਂ ਇਹਦੀਆਂ ਸਹਾਇਕ ਨਦੀਆਂ ਨੇ,
बाकी नदियां अपना पानी इन्ना बड़ियां नदियां च पाउंदियां ने। सब तो पहला आप पढ़ते हैं गंगा सिस्टम। साथियों जो अभी गंगा सिस्टम की गल करते हैं तो असं देखते हैं कि साड़ी सब तो मेन नदी जी हैगी है गंगा नदी। साथियों अभी देखते हैं जी गंगा नदी आ असल में दो नदियाँ आ चेक करो। गंगा नदी जी हैगी हरिद्वार इतों दैट इज़ की स्टार्ट होंगी इतों गंगा नदी। गंगा नदी इतों बगदी हुई आ गंगा नदी जा रही है आ गंगा नदी का पैटर्न तो गंगा नदी आ चली गई इतों चली इतों चलती हुई दैट इज़ की ये अपना पानी दिंदी है। असल में गंगा नदी पिछों तो दो नदियाँ आ रही ने केड़ियाँ इट इज़ अलकनंदा अते भागीरथी। अलकनंदा अते भागीरथी ये दोनों नदियों तो मिल के की बनती है साड़ी गंगा नदी बनती है। आ चेक करो साथियों आ देखते हैं बहुत इंपॉर्टेंट ग्राफ आ गंगोत्री ग्लेशियर आ गंगोत्री ग्लेशियर तो कट्ठिया हो जाएंगी अलकनंदा भागीरथी। इतों असी देखते हैं कि आ जी नदी जा रही है ये की जा रही है गंगा नदी जा रही है। अगे जाके गंगा नदी ही की बन गई साथियों पद्मा नदी बन। असी देखते हैं गंगा नदी का उपरला पासा कि हो गया उत्तर वाला पासा हेठला पासा कि हो गया दक्षण वाला पासा। क्वेश्चन आऊ कि गंगा नदी के उत्तर वाले पास्यों सहायक नदियाँ कड़ियाँ ने भाव उपरले पास्यों पानी की पाँदियाँ ने गंगा च पाँदियाँ ने तो गंगा नदी एक राम गंगा नदी है गोमती नदी है घग्गर नदी है एक घग्गर हरियाणे वाली नहीं अलग नदी है घाघरा कहते हैं इनू गंडक तो कोसी ये उपरलिया नदियां ने जो अपना पानी किनू पाँगियाँ गंगा नदी में पाँगियाँ। हेठले पासे मुख्य नदी है यमुना बहुत वधिया यमुना नदी सब तो बड़ी नदी है सहायक नदी है जो अपना पानी किनू देगी गंगा ने देगी। यमुना च पानी कड़ी नदी का पैंता चलो पहले आप गल करते हैं गंगा नदी में दक्षण पास्यों कौन कौन नदी पानी देती है तो यमुना नदी सोन नदी यमुना सोन अगे जाके अभी देखते हैं दामोदर नदी। दामोदर नदी अगे जाके इधरों एक नदी आँदी है ब्रह्मपुत्रा वो भी अपना पानी गंगा च पाँदी है जी तो गंगा नदी ब्रह्मपुत्र नाल मिलकर पद्मा बन जाती है। साथियों यमुना नदी भी बहुत बड़ी नदी है ये भी बहुत सारी नदियाँ अपना पानी दिंदियां ने। जे क्वेश्चन कि यमुना दी सहायक नदियाँ केड़ियां ने तो उत्तर आऊगा चंबल सिंध ये सिंध हुण वह नहीं हैगी अपनी इंडस नदी है बेतवा ते केन चार नदियों का पानी यमुना च पैंदा नाम याद रखने ने चंबल सिंध बेतवा ते केन। तो उधरले पासे असी देखते हैं कि सोन नदी दे विच पानी पैंदा रिहंद नदी का तो नॉर्थ पोल है ओदियां सहायक नदियां ने। अगे असी देखते हैं हुगली नदी अपना पानी दामोदर नूं दिंदी आ ते दामोदर अगे जाके तो डिस्के पानी किहनूं दिंदी आ गंगा नदी नूं दे दिंदी। असी देखते हैं कि इन्हां विचों सब तो मुख्य नदी कीड़ी गंगा जिहदी लंबाई 2525 किलोमीटर साथी लंबी आ 2525 किलोमीटर लंबी गंगा उत्तराखंड दे विचों चलती है। उत्तराखंड तो ही यूपी होंदी हुई फिर बिहार फिर पछमी बंगाल झारखंड होंदी हुई किहदे विच जा डिगदी आ बंगाल की खाड़ी विच जा डिगदी आ। असीं देखते हैं कि इन्हां दे विचों सब तो ज़्यादा गंगा नदी यूपी च बहिंदी आ ताइयों यूपी दे विच इहदी मानता बहुत ज़्यादा गई महत्ता बहुत ज़्यादा भावें वाराणसी लाओ काशी जिन्हों आप कहने तो उत्थे बड़ी पूजा होंदी आ इलाहाबाद लाओ उत्थे बहुत ज़्यादा पूजा होंदी आ तो यूपी नूं सारे नूं पार करदी आ। जे इदा यूपी आ तो इतों चलती हुई सारे यूपी नूं पार करदी आ साथीओ 1400 किलोमीटर लंबी आ तां करके यूपी दे विच उपजाऊपणे लई खेतीबाड़ी लई गंगा नदी का बहुत ज़्यादा योगदान हैगा। मैं तुहानूं दस्सिया सी जिवें कि गंगा नदी अपने आप च एक जिवें असीं देखांगे कि ब्रह्मपुत्र नदी जां इंडस नदी एक खास जगह तों निकलदी आ पर गंगा नदी इदां नहीं हैगी। गंगा नदी असल में सत्त नदियां तों मिलके बनी हुई है साथीओ। असीं देखते हैं कि सब तो पहला जे इन्ना वैसे डीप जाने की लोड़ नहीं तो थावां ने गंगोत्री केदारनाथ ते बद्रीनाथ तुहानूं पता है कि लोग घूमन जाते हैं गंगोत्री ग्लेशियर आ केदारनाथ ग्लेशियर आ ते बद्रीनाथ ग्लेशियर आ तिन्ने की च आ गए उत्तराखंड च आ गए। गंगोत्री ग्लेशियर च एक नदी निकलती है जिहदा नाम हैगा भागीरथी। गंगोत्री ग्लेशियर च एक नदी निकलती है भागीरथी। असीं देखते हैं उवें बद्रीनाथ च एक नदी निकलती है जिहदा नाम हैगा अलकनंदा। अलकनंदा दे विच इधरों अलकनंदा चली इधरों एक होर ग्लेशियर आउंदा धौली गंगा। धौली गंगा नाम निकलती आ अलकनंदा ते धौली गंगा दोनों मिल जांदियां ने किथे एक डिस्ट्रिक्ट आउंदा चमोली डिस्ट्रिक्ट। चमोली डिस्ट्रिक्ट उत्तराखंड च इहनूं जिथे जाके अलकनंदा जिहड़ी निकली सीगी बद्रीनाथ चों उधरों धौली गंगा मिल गई तो
तो बन की गई वो अलकनंदा ही बन गई। अब धौली गंगा ने अपना पानी किनू पाता अलकनंदा पाता तो कितने मिलदिया ने यह विष्णु प्रयाग से। हूँ अलकनंदा अगे चलती है अगे एक नदी आँदी मंदाकिनी, मंदाकिनी अपना पानी की पा दें अलकनंदा च, फिर अलकनंदा अगे आई फिर एक नदी आँदी पिंडर गंगा, पिंडर गंगा अपना पानी किनू पाऊगी अलकनंदा च। अगे जाके केदारनाथ चुक नदी निकलती है जिदा ना है मंदाकिनी, तो इधरों अलकनंदा आ रही है इधरों मंदाकिनी, मंदाकिनी तो अलकनंदा अपना पानी कट्ठा कर लेनगियाँ, जिथे कट्ठा कर बहुत इंपोर्टेंट क्वेश्चन आनू कहने रुद्र प्रयाग। तो रुद्र प्रयाग कि जगह जिथे जाके मंदाकिनी तो अलकनंदा की हो जाए कट्ठिया हो जाए। साथियों अलकनंदा अगे बहती है, अगे बहती हुई अलकनंदा तो भागीरथी दोनों की हो जाए ने मिल जाए ने। अलकनंदा तो भागीरथी जिथे जाके मिल जाएगियाँ वो थान देव प्रयाग कहते हैं। लगभग ऋषिकेश जो आप घूम जाने ऋषिकेश के बहुत कोले आता उ जाके दोनों नदियाँ मिल जाए। अगे जाके इतों साड़ी गंगा नदी शुरू होती है। तो ध्यान रखना गंगोत्री ग्लेशियर चुकी निकलती है भागीरथी नदी निकलती है, केदारनाथ ग्लेशियर चुकी नदी निकलती है मंदाकिनी निकलती है, तो बद्रीनाथ चुकनी निकलती है अलकनंदा। तीन नदियाँ मेन ने, बाकी चाहे धौली गंगा हुई या फिर साड़ी पिंडर गंगा हुई याद रहा वधिया गल आ डीप क्वेश्चन ने, पर जे नहीं आना तो तीन नदियाँ रखनिया ने। केदारनाथ तो कड़ी निकलती है मंदाकिनी, बद्रीनाथ तो कड़ी निकलती है अलकनंदा, तो गंगोत्री ग्लेशियर चुकी निकलती है इटे साड़ी भागीरथी। तिने तो मिल के की बनती जी गंगा नदी बनती है। अगे चल साथियों असी देखते हैं कि गंगा हैगी समझाया कि गंगा दियाँ ट्रिब्यूटरीज कि ने घग्गर सोन गंडक कोसी गोमती तो दामोदर। तो इन्हों नदियों मिल के साड़ी की बनती है गंगा बनती है। असी देखते हैं कि कोसी नदी आ, कोसी नदी को सौरो ऑफ बिहार, बिहार का दुख साथियों कहा जाता। ये वो नदियां ने जिहड़ियां दैट इज़ कि गंगा की कीवें ट्रिब्यूटरी बनाउंदियां ने, ते दामोदर नदी को सौरो ऑफ बंगाल, बंगाल का दुख साथियों कहते हैं। असी देखते हैं कि इन्हां नदियों चों सब तो ज़्यादा जी वड्डी नदी है जी सहायक नदी है गंगा की वो कि नदी है, यमुना नदी है। यमुना नदी असी देखते हैं कि यमुनोत्री ग्लेशियर सीधी किचों निकलती है, ये यमुनोत्री एक ग्लेशियर आ वो यमुनोत्री ग्लेशियर चो निकलती है। यमुनोत्री ग्लेशियर राही हुंदी हुई ये दिल्ली जाती है, दिल्ली तो इलाहाबाद जाके अपना पानी किनू दे दिंदी है गंगा नदी में साथी वो पा दिंदी है। असी देखते हैं कि गंगा तो यमुना इलाहाबाद में कट्ठिया होंदिया ने, तां करके दो बड़िया नदियाँ कट्ठिया हुई ये करके ही इलाहाबाद में पुराने समय में प्रयागराज कहा जाता सी, ताइयों हुण सरकार ने दोबारा उहदा नाम प्रयागराज रख दिता। असी देखते हैं कि यमुना दी भी अगे सहायक नदियां ने पढ़िया सीगियां किहड़ियां-किहड़ियां ने याद कराइया सीगियां, इट इज सिंध नदी, बेतवा नदी अते केन नदी ते चंबल नदी। ते चंबल सिंध बेतवा ते केन ये यमुना दी सहायक नदियां ने। चंबल नदी बहुत ही फेमस नदी है, यमुना दी सब तो सहायक वड्डी सहायक नदी है। पुराने समय चंबल दे डाकू जी पढ़ते सी तो चंबल नदी किहो जिही नदी सी इन्ने बल पा के निकलती सी कि उहदे द्वारा जी धरती बनाई गई सी वह खेतीबाड़ी जां उत्थे जाना बहुत औखा सीगा। तो पुराने समय जिहड़े डाकू हुंदे सी वह चंबल दे इन्हां नदियां दे नाल लुट खोह करके उत्थे इकट्ठे होने स्टार्ट हो गए सी, पर अजकल समा बदल गया, अजकल टेक्नोलॉजी इन्नी हाई आ गई तो कोई लुक नहीं सकता, तो करके हुण चंबल दा लकड़ा बदनाम सीगा डाकूआं लई, वह भी साथियों की हो गया चेंज हो गया। चलो साथियों अज वास्ते इन्ना ही, कल नूं आपां जिहड़ा अगलियां दो नदियां ने ब्रह्मपुत्रा जां फिर इंडस नदी उन्हां नूं लै के आप पढ़ना स्टार्ट करांगे। अज आपां गंगा नदी हिमालयन नदियां पढ़ियां उस गंगा नदी किवें वेरी करदी आ उहदे बारे चर्चावां कीतियां। जांदे साथियो तुहानूं मैं दस्सणा चाहुंदा कि अपनी अकैडमी फौजियां दी फैक्टरी सारे तरह के फौजियां दे एग्जाम डिफेंस एग्जाम भावें पंजाब पुलिस हो या जां फिर आर्मी एयरफोर्स नेवी NDA CDS किसी भी तरीके के एग्जाम तैयारी करनी हो जरूर संपर्क करो। ऑनलाइन तो ऑफलाइन दोवें तरह के बैचेस स्टार्ट ने, हॉस्टल फैसिलिटीज प्रोवाइड की जाए ने, मॉर्निंग ईवनिंग फिजिकल चलता तो दिन टाइम स्टडी होंगी साथियों, वधिया माहौल पूरा वधिया। किसी भी तरीके की कोई नॉलेज लैनी हो किसी भी स्टूडेंट ने कोई NDA के एग्जाम बारे MNS के एग्जाम बारे X&Y ग्रुप के एग्जाम बारे नेवी के एग्जाम बारे तो सारे बारे तुम जो मर्जी मैनू मेरे फोन नंबर 9876472606 ते फोन कर सकते हो। धन्यवाद जी।